ਬਟਾਲਾ ਦੇ ਗੁਰਦਾਸਪੁਰ ਰੋਡ ਤੋਂ ਇੱਕ ਨੌਜਵਾਨ ਨੇ ਮਹਿਲਾ ਪਾਸਟਰ ਦਾ ਖੋਇਆ ਪਰਸ। ਮਹਿਲਾ ਚਰਚ ਤੋਂ ਘਰ ਜਾ ਰਹੀ ਸੀ ਵਾਪਸ। ਪਰਸ ਖੋ ਕੇ ਹੋਏ ਫਰਾਰ ਨੌਜਵਾਨ ਨੂੰ ਰਾਹਗੀਰਾਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜਿਆ ਅਤੇ ਉਸਦੀ ਰੱਜ ਕੇ ਖੂਬ ਸੇਵਾ ਕੀਤੀ ਅਤੇ ਮੌਕੇ 'ਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। GBC ਅਪਡੇਟ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੋਟਰਸਾਈਕਲ ਇਸ ਤਰ੍ਹਾਂ ਮੈਂ ਹਾਲੇ ਫੋਨ 'ਚ ਗੱਲ ਕਰਦੀ ਆ ਰਹੀ ਤੇ ਫੋਨ ਮੈਂ ਪਰਸ 'ਚ ਪਾ ਲਿਆ ਤੇ ਪਰਸ ਮੈਂ ਗੱਲ 'ਚ ਪਾ ਕੇ ਹਾਲੇ ਕਿ ਫਿਲਹਾਲ ਗਾੜੀ ਨੂੰ ਕੀਤਾ ਹੋਇਆ, ਪਰ ਫਿਰ ਵੀ ਇਹ ਭਰਾ ਆਇਆ, ਇਹਨੂੰ ਪਤਾ ਨਹੀਂ ਲੱਗਾ, ਮੈਨੂੰ ਪਤਾ ਨਹੀਂ ਲੱਗਣ ਦਿੱਤਾ ਕਿ ਇਹਨੇ ਪਰਸ ਕਿਹੜੇ ਵੇਲੇ ਖੋਲਿਆ, ਆ ਦੇਖੋ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਅਸੀਂ ਗਲੇ ਨੂੰ ਪਾ ਕੇ ਅੱਗੇ ਕੀਤਾ ਹੈ, ਤਾਂ ਵੀ ਇਹਨੂੰ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਮੈਂ ਪਰਸ ਖੋਲਿਆ। ਪੈਸੇ ਕੋਈ ਗੱਡੇ ਕਿ ਪਰਸੋਂ? ਪਰਸ 'ਚ ਮੇਰਾ 2000 ਸੀ, 4 ਨੋਟ ਸੀ, 500 ਦੇ, ਇੱਕ ਨੋਟ ਹੈਗਾ 500 ਦਾ, ਚਰਚ ਦਾ ਮੈਂ ਮਾਸਟਰ ਸੋਨੀਆ ਮੇਰਾ ਨਾਮ, ਔਰ ਮੇਰੇ 500 ਦਾ 3 ਨੋਟ ਵੀ ਹੈਗੇ, ਹੁਣ ਤਾਂ ਇਹਨੂੰ ਬਲੈਸ ਕਰੇ ਫਿਰ ਵੀ ਮੈਂ ਇਹਦੇ ਵਾਸਤੇ ਪ੍ਰਾਰਥਨਾ ਕਰਦਾ ਹਾਂ। ਹੁਣ ਸਹੀਜੇ ਸਾਹਿਬ ਨੇ ਵੀ ਮਾਰੋ ਮਾਰੋ ਨੂੰ ਮਾਰ ਦੇਣਗੇ, ਪਰ ਇਹ ਕੰਮ ਨਾ ਕਰ ਜਿਹੜੇ ਤੂੰ ਕਰਨੇ ਕਰਦਾ। ਪੈਂਟ ਲਈ ਸੀ, ਉਹਨਾਂ ਨੇ ਲੈ ਕੇ ਦਿੱਤੀ ਸੀ ਅੰਮ੍ਰਿਤਸਰ ਗਿਆ ਹਾਂ ਤੇ ਉਹਦੇ ਪੈਸੇ ਦੇਣੇ ਸੀ ਯਾਰ। ਤੇ ਫਿਰ ਚੋਰੀ ਕਰ ਲਿਆ, ਪਰਸ ਖੋ ਲਿਆ, ਪਰਸ ਖੋ ਲਿਆ, ਹੁਣ ਵੀ ਨਸ਼ੇ ਚ ਹੀ ਆ, ਹੁਣ ਵੀ ਨਸ਼ੇ ਚ ਹੀ ਆ, ਨਹੀਂ ਕੋਈ ਨਸ਼ਾ ਨਹੀਂ ਕੀਤਾ ਮਾਮਾ, ਇਹਨੂੰ ਕਿਤੇ ਪਤਾ ਨਹੀਂ ਆ, ਮੈਂ ਕੋਈ ਨਸ਼ਾ ਨਹੀਂ ਕੀਤਾ, ਉਮਰ ਲੰਘ ਗਈ ਇੱਥੇ ਲੋਕਾਂ ਨੂੰ ਬਸਰ ਖਵਾ ਕੇ ਮੱਛੀ ਪਾਉਂਦੇ ਨੂੰ, ਕੋਈ ਨਸ਼ਾ ਨਹੀਂ ਕੀਤਾ ਮੇਰਾ ਬੇਟਾ, ਕੋਈ ਨਸ਼ਾ ਨਹੀਂ ਕੀਤਾ ਵੀਰ ਜੀ, ਚੈੱਕ ਕਰਾ ਸਕਦੇ ਤਾਂ ਮਾਮਾ, ਸਰਦਾਰ ਹੋ ਕੇ ਡਿਆ ਵਾ, ਚੰਗੀ ਗੱਲ ਨਹੀਂ ਹੁੰਦੀ ਕੀ ਮਿਲੇ, ਏਦਾਂ ਹੁਣ ਕੁੱਟ ਮਾਰ ਕੀਤੀ, ਹੁਣ ਦੁਗਣੇ ਉੱਤੇ ਲਾਏਗਾ ਆਪਣੇ ਹੱਡਾਂ ਦੇ, ਫਾਇਦਾ ਕੋਈ ਤੇਰਾ ਟੱਪ ਗਿਆ ਸੀ ਮਗਰੇ, ਟੱਪਿਆ ਸੀ ਮਗਰੇ, ਕੋਈ ਨੀ ਨੋਰਮਲੀ ਡੰਡੇ ਵੱਜੇ ਆ, ਸਰਦਾਰੀ ਦੇ ਨਾਮ ਤੇ ਕਲੰਕ ਆ ਮੇਰਾ ਵੀਰ ਬਣ ਕੇ ਯਾਰ, ਨਹੀਂ ਨਹੀਂ ਮੈਂ ਗਲਤੀ ਕੀਤੀ, ਮਾਫੀ ਮੈਂ ਕੋਈ ਮਾਰੀ ਮੈਨੂੰ ਸ਼ਰਮ ਆ ਰਹਾ, ਸ਼ਰਮ ਮੈਨੂੰ ਬੜੀ ਸ਼ਰਮ ਆ ਰਹੀ, ਸਿੱਖੀ ਸਿੱਖੀ ਤੂੰ ਸ਼ਰਮ ਕਰੀ, ਕੋਈ ਸ਼ਰਮ ਆਉਂਦੀ ਕੰਮ ਕਰਦਾ ਚੰਗੇ ਲੱਗਣੇ ਆ। ਪੁਲਿਸ ਆ ਗਈ, ਆਪਣੇ ਨਾਲ ਕਹਾਂ ਹੈ, ਕਿਹੜਾ ਬੜਾ ਹੀ ਨਾ ਸੀ ਆ ਪਟਕੜੇ, ਇਸੇ ਨਾਲ ਗੱਲ ਕਰੂ, ਹਾਂ ਉਹਨਾਂ ਨਾਲ ਗੱਲ ਕਰੂ।
ਸ਼ਰਮ ਕਰੋ, ਨੌਜਵਾਨ ਹੈਗੇ ਹੋ, ਹੱਥਾਂ ਪੈਰਾਂ ਚ ਪਾਣੀ ਪੈ ਗਿਆ ਤੁਹਾਡੇ ਗੋਡੇ ਕੀਤੇ, ਤੁਹਾਡੇ ਬੜੇ ਸਹੀ ਸਲਾਮਾਂ ਦਾ ਕੰਮ ਕਰੋ, ਤੁਹਾਡੀ ਵਜ੍ਹਾ ਨਾਲ ਔਰਤਾਂ ਬਾਹਰ ਨਹੀਂ ਨਿਕਲ ਰਹੀਆਂ, ਲੜਕੀਆਂ ਬਾਹਰ ਨਹੀਂ ਨਿਕਲ ਰਹੀਆਂ, ਸੇਫ ਨਹੀਂ ਆ ਲੜਕੀਆਂ, ਸ਼ਰਮ ਕਰ ਲਓ ਥੋੜੀ ਬਹੁਤੀ, ਮੈਨੂੰ ਸ਼ਰਮ ਆ ਰਹੀ ਹੈ ਇਹਨਾਂ ਦੀ ਸਿੱਖੀ ਤੇ ਆ ਰਹੀ ਹੈ, ਜਾ ਕੇ ਇਹਨਾਂ ਨੂੰ ਕੇਸ ਨੂੰ ਕਟਾ ਲਓ, ਲੋਕ ਕਿੰਨੀ ਇੱਜ਼ਤ ਕਰਦੇ ਆ, ਵੀਰ ਜੀ ਵੇਖੋ ਇਹ ਬੰਦਾ ਤਾਂ ਤਾਂ ਕਰੇ ਜਿਹੜਾ ਮੂੰਹ ਨੀ ਵਿਖਾਣ ਡਿਆ ਨੂੰ ਮੂੰਹ ਤੇ ਵਿਖਾ ਵਿਖਾਲਾ ਭਰਾ, ਕਿਉਂ ਕੀ ਹੋਇਆ ਤੈਨੂੰ, ਚੱਲ ਵਿਖਾਲਾ ਕੋਈ ਮੂੰਹ ਤੇ ਵਿਖਾ, ਤੇਰੀ ਵੀਡੀਓ ਬਣਾਉਣੀ ਤੇਰੀ ਮੂੰਹ ਵਿਖਾ, ਗਲਤੀ ਤੇ ਮਹਿਸੂਸ ਕਰਨੀ ਹੈ, ਕੋਈ ਗੱਲ ਨੀ ਕੋਈ ਗੱਲ ਨੀ, ਉਹੀ ਬੰਦੇ ਬਣਾ ਕਰੋਨੇ ਤੇਰਾ ਲਾਏ ਭਾਈ, ਸ਼ਰਮ ਕਰ ਲਾ, ਮਾੜੀ ਮੋਟੀ ਚਾਹੀਦੀ ਆ, ਚੱਲ ਮੈਂ ਜਵਾਨਾ ਤੂੰ ਦੇ ਕੰਮ ਕਰਾਂ ਕਰੀ ਇਹਦਾ ਹੁਣ ਨਾ, ਆਹੋ
ਮੇਰੀ ਵਾਈਫ ਵੀ ਆਹੋ।